ਕਥਿਤ ਦੇਸ਼ਦੋਹ ਦੇ ਦੋਸ਼ਾਂ ਹੇਠ ਗ੍ਰਿਫਤਾਰ ਕੀਤੇ ਗਏ ਹਿੰਦੂ ਅਧਿਆਤਮਕ ਆਗੂ ਚਿਨਮੇ ਕ੍ਰਿਸ਼ਨ ਦਾਸ ਨੂੰ ਕੋਈ ਰਾਹਤ ਨਹੀਂ ਮਿਲੀ ਹੈ। ਮੰਗਲਵਾਰ ਨੂੰ ਬੰਗਲਾਦੇਸ਼ ਦੀ ਇੱਕ ਅਦਾਲਤ ਨੇ ਮਾਮਲੇ ਦੀ ਸੁਣਵਾਈ ਦੀ ਅਗਲੀ ਤਰੀਕ 2 ਜਨਵਰੀ 2025 ਤੈਅ ਕੀਤੀ ਹੈ। ਚਿਨਮੇ ਦਾਸ ਜੋ ਫਿਲਹਾਲ ਹਿਰਾਸਤ 'ਚ ਨੇ, ਦੀ ਜੇਲ੍ਹ 'ਚ ਰਹਿਣ ਦੀ ਉਮੀਦ ਜਤਾਈ ਜਾ ਰਹੀ ਹੈ। ਡੇਲੀ ਸਟਾਰ ਬੰਗਲਾਦੇਸ਼ ਨੇ ਦੱਸਿਆ ਕਿ ਚਟੋਗ੍ਰਾਮ ਦੀ ਅਦਾਲਤ ਨੇ ਚਿਨਮੇ ਕ੍ਰਿਸ਼ਨ ਦਾਸ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ 2 ਜਨਵਰੀ ਦੇ ਤੱਕ ਟਾਲ ਦਿੱਤੀ ਹੈ। ਚਟੋਗ੍ਰਾਮ ਦੇ ਮੈਟਰੋਪੋਲੀਟਨ ਸੈਸ਼ਨ ਜੱਜ ਸੈਫੁਲ ਇਸਲਾਮ ਨੇ ਸੁਣਵਾਈ ਲਈ ਨਵੀਂ ਤਾਰੀਖ ਤੈਅ ਕੀਤੀ ਹੈ ਕਿਉਂਕਿ ਬਚਾਅ ਪੱਖ ਦਾ ਵਕੀਲ ਅਦਾਲਤ ਤੋਂ ਗੈਰ ਹਾਜ਼ਰ ਸੀ। ਚਟਗਾਂਵ ਮੈਟਰੋਪੋਲੀਟਨ ਪੁਲਿਸ ਦੇ ਵਧੀਕ ਡਿਪਟੀ ਕਮਿਸ਼ਨਰ ਮੋਫਿਜ਼ਰ ਹਰਮਹਾਨ ਦਾ ਬਾਅਦ ਦੇ ਵਿਚ ਬੰਗਲਾਦੇਸ਼ ਮੀਡੀਆ ਨੂੰ ਇਸ ਜਾਣਕਾਰੀ ਦੀ ਪੁਸ਼ਟੀ ਕੀਤੀ ਹੈ। ਡੇਲੀ ਸਟਾਰ ਦੀ ਰਿਪੋਰਟ ਮੁਤਾਬਕ ਦੋਸ਼ੀ ਨੂੰ ਅਦਾਲਤ 'ਚ ਪੇਸ਼ ਨਹੀਂ ਕੀਤਾ ਗਿਆ। ਸਮਿਲਤਾ ਸਨਾਤਨੀ ਜਾਗਰਣ ਜੋਟੇ ਨਾਲ ਸੰਬੰਧਿਤ ਚਿਨਮੇ ਕ੍ਰਿਸ਼ਨ ਦਾਸ ਨੂੰ 25 ਨਵੰਬਰ ਨੂੰ ਢਾਕਾ ਦੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਗ੍ਰਿਫ਼ਤਾਰੀ 31 ਅਕਤੂਬਰ ਨੂੰ ਇਕ ਸਥਾਨਕ ਸਿਆਸਤਦਾਨ ਵੱਲੋਂ ਕੀਤੀ ਗਈ ਸ਼ਿਕਾਇਤ ਤੋਂ ਬਾਅਦ ਹੋਈ ਸੀ, ਜਿਸ ਦੇ ਵਿਚ ਚਿਨਮੋਏ ਦਾਸ ਤੇ ਹੋਰਨਾਂ ਤੇ ਬੰਗਲਾਦੇਸ਼ ਦੇ ਕੌਮੀ ਝੰਡੇ ਦਾ ਅਪਮਾਨ ਕਰਨ ਦਾ ਦੋਸ਼ ਲਾਇਆ ਗਿਆ ਸੀ। ਵਿਦੇਸ਼ ਮੰਤਰਾਲੇ ਨੇ ਦਾਸ ਦੀ ਗ੍ਰਿਫ਼ਤਾਰੀ ਤੇ ਉਸ ਦੀ ਜ਼ਮਾਨਤ ਰੱਦ ਕੀਤੇ ਜਾਣ ਦੀ ਸਖ਼ਤ ਆਲੋਚਨਾ ਕੀਤੀ ਹੈ। ਕੌਮਾਂਤਰੀ ਪੱਧਰ ਤੇ ਬਹੁਤ ਸਾਰੇ ਲੋਕਾਂ ਨੇ ਦਾਸ ਦੀ ਤੁਰੰਤ ਰਿਹਾਈ ਦੀ ਮੰਗ ਵੀ ਕੀਤੀ ਹੈ। ਦੱਸ ਦਈਏ ਕਿ ਐਕਸ ਦੀ ਇੱਕ ਪੋਸਟ ਦੇ ਵਿਚ ਇਸਕੌਨ ਇੰਟਰਨੈਸ਼ਨਲ ਨੇ ਕਿਹਾ ਕਿ ਉਹ ਚਿਨਮੇ ਦਾਸ ਦੇ ਨਾਲ ਖੜੀ ਹੈ ਤੇ ਦੇਖਣਾ ਹੋਵੇਗਾ ਕਿ ਹੁਣ ਜੋ ਜਨਵਰੀ ਦੇ ਵਿਚ ਸੁਣਵਾਈ ਹੁੰਦੀ ਹੈ ਉਸ ਦੇ ਵਿਚ ਕੀ ਫੈਸਲਾ ਲਿਆ ਜਾਂਦਾ ਹੈ।